ਬਰਾੜ ਦੀ ਦਿਮਾਗੀ ਹਾਲਤ ਠੀਕ ਹੈ? ਸਵਾ ਠੀਕ ਆ। ਮੈਂ ਦੇਖਿਆ ਉਹਨੂੰ ਕਈ ਵਾਰ ਸਬਜ਼ੀ ਵਾਲੇ ਤੋਂ ਧਨੀਆ ਚੋਰੀ ਕਰਦੀ ਨੂੰ। ਉਹਦੇ 'ਚ ਕੀ ਹੈ? ਉਹ ਤਾਂ ਮੈਂ ਵੀ ਚੋਰੀ ਕਰਦੀ ਹਾਂ। ਪਤਾ ਮੈਨੂੰ, ਤਾਂ ਹੀ ਤਾਂ ਮੈਨੂੰ ਉਹ ਵੀ ਹਿੱਲੀ ਹੋਈ ਲੱਗਦੀ ਹੈ। ਮੇਰੇ ਤੋਂ ਮਿਸਟਰ ਬਰਾੜ ਪਿਆਜ਼ਾਂ ਦੇ ਰੇਟ ਪੁੱਛ ਰਹੇ ਸੀਗੇ। ਦੱਸਦੇ ਹੋਏ ਮਿਸਿਸ ਬਰਾੜ ਨੇ ਦੇਖ ਲਿਆ, ਮੈਨੂੰ ਕਹਿੰਦੀ ਹੈ ਮੇਰੇ ਘਰ ਵਾਲੇ ਤੇ ਡੋਰੇ ਪਾਣੇ ਬੰਦ ਕਰ। ਉਹ ਕਿਹੜੇ ਕਾਲਜ 'ਚ ਪੜ੍ਹੀ ਆ ਜਿੱਥੇ ਪਿਆਜ਼ਾਂ ਦਾ ਰੇਟ ਦੱਸ ਕੇ ਡੋਰੇ ਪੈਂਦੇ ਸੀ? ਮੈਨੂੰ ਤਾਂ ਗੁੱਸਾ ਆ ਰਿਹਾ, ਉਹ ਮੇਰੇ ਬਾਰੇ ਇੰਨੀ ਘਟੀਆ ਗੱਲ ਸੋਚ ਕਿਵੇਂ ਗਈ? ਸੋਚ ਵੀ ਗਈ ਤਾਂ ਬੋਲੀ ਕਿਉਂ? ਮੇਰਾ ਤਾਂ ਜਿਸ ਬੰਦੇ ਨੂੰ ਗਾਲ ਕੱਢਣ ਦਾ ਦਿਲ ਕਰਦਾ ਹੈ ਨਾ, ਮੈਂ ਉਹਦੇ ਨਾਲ ਹੋਰ ਵੀ ਪਿਆਰ ਨਾਲ ਗੱਲ ਕਰਦਾ, ਪਾਣੀ ਪੂਣੀ ਵੀ ਪੁੱਛਦਾ ਤਾਂ ਕਿ ਉਹਨੂੰ ਪਤਾ ਨਾ ਲੱਗ ਜੇ। ਵੈਸੇ ਕੀ ਲੈ ਕੇ ਆਈ ਆ? ਕਰੇਲੇ। ਅੱਜ ਫੇਰ ਕਰੇਲੇ? ਤਾਂ ਕੀ ਹੋ ਗਿਆ? ਕੁਛ ਨਹੀਂ ਡਾਰਲਿੰਗ, ਪਾਣੀ ਪੂਣੀ ਪੀਏਂਗੀ? ਨੋ ਥੈਂਕ ਯੂ ਸਮੀਪ, ਮੈਂ ਪਾਣੀ ਤਾਂ ਨਹੀਂ ਪਰ ਮਿਸਿਸ ਬਰਾੜ ਦਾ ਖੂਨ ਜ਼ਰੂਰ ਪੀਊਂਗੀ। ਹੁਣ ਤਾਂ ਜਦ ਤੱਕ ਉਸ ਤੋਂ ਬਦਲਾ ਲੈਣ ਦਾ ਆਈਡੀਆ ਨਹੀਂ ਨਾ ਆ ਜਾਂਦਾ, ਮੈਨੂੰ ਚੈਨ ਨਹੀਂ ਆਣਾ। ਆਪਾਂ ਉਹਨਾਂ ਦੀ ਕਾਰ ਦਾ ਟਾਇਰ ਪੈਂਚਰ ਕਰ ਦਿੰਨੇ ਆ। ਉਹਨਾਂ ਦੇ ਘਰ ਕੈਮਰੇ ਲੱਗੇ ਹੋਏ ਐ, ਉਹਨਾਂ ਨੂੰ ਪਤਾ ਚੱਲ ਜੂ ਕਿ ਆਪਾਂ ਕੀਤਾ। ਆਪਾਂ ਮਾਸਕ ਪਾ ਕੇ ਚਲੇ ਜਾਾਂਗੇ। ਤੁਹਾਨੂੰ ਹਾਲੇ ਵੀ ਲੱਗਦਾ ਹੈ ਕਿ ਲੋਕ ਤੁਹਾਨੂੰ ਚਿਹਰੇ ਤੋਂ ਪਛਾਣਦੇ ਐ? ਇਹ ਪਤਾ ਕਰਨ ਲਈ ਕਿ ਮਾਸਕ ਵਾਲਾ ਬੰਦਾ ਸਮੀਪ ਐ, ਤੁਹਾਡੀ ਤਾਂ ਘੋਗੜੀ ਕਾਫੀ ਐ। ਫਿਰ ਆਪਾਂ ਮਿਸਿਸ ਬਰਾੜ ਨੂੰ ਸਪਾਰੀ ਦੇ ਦਿੰਨੇ ਆ। ਇੰਨੀ ਛੋਟੀ ਜੀ ਗੱਲ ਪਿੱਛੇ ਉਹਨੂੰ ਮਰਵਾਣਾ ਥੋੜੀ ਐ। ਮੈਂ ਤਾਂ ਆਪਣੇ ਮੁਹੱਲੇ ਦੇ ਪਾਣ ਵਾਲੇ ਦੀ ਗੱਲ ਕਰ ਰਿਹਾ ਸੀ ਜਿਹਦੀ ਸੁਪਾਰੀ ਖਾ ਕੇ ਮੇਰਾ ਦੰਦ ਟੁੱਟ ਗਿਆ ਸੀ। ਸੋਚ ਟੁੱਟੇ ਦੰਦਾਂ ਨਾਲ ਮਿਸਿਸ ਬਰਾੜ ਕਿਹੋ ਜੀ ਲੱਗੂਗੀ? ਨਹੀਂ, ਮੇਰੇ ਕੋਲ ਇੱਕ ਤਰੀਕਾ ਹੈ, ਜਿਹੜਾ ਝੂਠਾ ਇਲਜ਼ਾਮ ਉਹਨਾਂ ਨੇ ਮੇਰੇ ਤੇ ਲਗਾਇਆ ਨਾ, ਮੈਂ ਸੱਚ ਕਰਕੇ ਦਿਖਾਵਾਂ। ਤੂੰ ਬਰਾੜ ਤੇ ਡੋਰੇ ਪਾਏਂਗੀ? ਹਾਂ। ਇਹ ਸਜ਼ਾ ਤੂੰ ਮਿਸਿਸ ਬਰਾੜ ਨੂੰ ਦੇ ਰਹੀ ਹੈ ਕਿ ਮੈਨੂੰ ਦੇ ਰਹੀ ਹੈ? ਵੈਸੇ ਮੈਂ ਤੈਨੂੰ ਦੱਸਦਾ, ਤੇਰੇ ਡੋਰੇ ਪਾਉਣ ਦਾ ਫਾਇਦਾ ਕੁਝ ਨਹੀਂ ਹੋਣਾ। ਮਤਲਬ? ਬਸ ਤੂੰ ਇਹ ਸਮਝ ਲੈ ਕਿ ਬਰਾੜ ਨੂੰ ਕੁੜੀਆਂ 'ਚ ਕੋਈ ਇੰਟਰਸਟ ਨਹੀਂ, ਉਹਨੂੰ ਤਾਂ ਬੰਦੇ ਪਸੰਦ ਆ। ਇਹ ਤੁਹਾਨੂੰ ਕਿਵੇਂ ਪਤਾ? ਮੁਹੱਲੇ ਦਾ ਸ਼ਾਇਦ ਹੀ ਕੋਈ ਬੰਦਾ ਹੋਊਗਾ ਜਿੱਤੇ ਉਹਨੇ ਅਟੈਕ ਨਹੀਂ ਕੀਤਾ। ਫੇਰ ਤਾਂ ਕੰਮ ਹੋਰ ਵੀ ਆਸਾਨ ਹੈ। ਹੁਣ ਮਿਸਟਰ ਬਰਾੜ ਤੇ ਡੋਰੇ ਮੈਂ ਨਹੀਂ, ਤੁਸੀਂ ਪਾਉਂਗੇ। ਪਹਿਲੀ ਗੱਲ ਤਾਂ ਮੈਂ ਉਹ ਕੰਮ ਕਦੇ ਕਰ ਹੀ ਨਹੀਂ ਸਕਦਾ ਜਿਹਦੇ ਬਾਰੇ ਸੋਚ ਕੇ ਮੈਨੂੰ ਉਲਟੀ ਆਉਂਦੀ ਹੈ। ਦੂਜਾ, ਉੱਤੇ ਡੋਰੇ ਪਾਉਣ ਦਾ ਫਾਇਦਾ ਕੀ? ਉਹ ਤਾਂ ਅੱਖ ਮਾਰ ਤੇ ਘਰ ਬੁਲਾ ਲੈਂਦਾ। ਸੋਚੋ, ਜਦੋਂ ਮਿਸਿਸ ਬਰਾੜ ਤੁਹਾਨੂੰ ਤੇ ਮਿਸਟਰ ਬਰਾੜ ਨੂੰ ਨਾਲ ਦੇਖੂਗੀ, ਉਹਦਾ ਕੀ ਹਾਲ ਹੋਊਗਾ? ਉਹ ਤੂੰ ਇਹ ਸੋਚ ਕੇ ਮੇਰਾ ਕੀ ਹਾਲ ਹੋ ਰਿਹਾ ਹੋਊ? ਮੈਂ ਕੰਮ ਕਦੇ ਨਹੀਂ ਕਰ ਸਕਦਾ। ਤੁਸੀਂ ਤਾਂ ਮੈਨੂੰ ਕਿਹਾ ਸੀ ਮੈਂ ਉਹ ਬੰਦਾ ਜਿਹੜਾ ਤੇਰੇ ਲਈ ਕੁਝ ਵੀ ਕਰ ਸਕਦਾ। ਪਰ ਬੰਦਾ ਬੰਦਾ ਹੀ ਨਹੀਂ ਰਹੂਗਾ, ਇਹ ਤਾਂ ਨਹੀਂ ਕਿਹਾ ਸੀ? ਕੀ ਹੋ ਗਿਆ, ਅੱਜ ਇੰਡੀਆ ਪਾਕਿਸਤਾਨ ਕੀ ਹੋ ਰਿਹਾ? ਪੁੱਤ, ਅੱਜ ਤੇਰੀ ਮਾਂ ਦੇ ਗੁੱਸੇ ਪਿੱਛੇ ਮੈਂ ਨਹੀਂ ਮਿਸਿਸ ਬਰਾੜ ਆ। ਉਹਨਾਂ ਨੇ ਵੀ ਤੁਹਾਡੇ ਤੇ ਬਰਾੜ ਅੰਕਲ ਨਾਲ ਫਲਰਟ ਕਰਨ ਦਾ ਇਲਜ਼ਾਮ ਲਾਇਆ। ਹਾਂ, ਪਰ ਤੈਨੂੰ ਕਿਵੇਂ ਪਤਾ? ਬਰਾੜ ਆਂਟੀ ਦਾ ਸ਼ਰਮਾ ਅੰਕਲ ਨਾਲ ਚੱਕਰ ਚੱਲ ਰਿਹਾ। ਜਦੋਂ ਤੋਂ ਇਹ ਗੱਲ ਦਾ ਬਰਾੜ ਅੰਕਲ ਨੂੰ ਪਤਾ ਲੱਗਿਆ, ਉਹ ਬਦਲਾ ਲੈਣਾ ਚਾਹੁੰਦੇ ਨੇ। ਬਦਲਾ ਲੈਣ ਦਾ ਇੱਕ ਤਰੀਕਾ ਹੈ ਕਿ ਉਹ ਕਿਸੇ ਆਂਟੀ ਨਾਲ ਚੱਕਰ ਚਲਾਣ, ਪਰ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ, ਬਰਾੜ ਅੰਕਲ ਨੂੰ ਕਿਸੇ ਆਂਟੀ ਨੇ ਰਿਸਪੌਂਸ ਤਾਂ ਦਿੱਤਾ ਨਹੀਂ, ਤੇ ਹੁਣ ਉਹ ਸੋਚ ਰਹੇ ਨੇ ਜੇ ਕੋਈ ਆਂਟੀ ਨਾ ਤਾਂ ਕੋਈ ਅੰਕਲ ਹੀ ਸਹੀ। ਇਹ ਕਹੀ ਜੀ ਫੈਮਲੀ ਹੈ। ਲੈ, ਤੇਰੀ ਤਾਂ ਗੱਲ ਬਣ ਗਈ। ਉਹ ਜਿਹੜੇ ਬੰਦੇ ਪਹਿਲਾਂ ਤੋਂ ਹੀ ਨੰਗੇ ਨੇ, ਉਹਨਾਂ ਦੇ ਕੱਪੜੇ ਉਤਾਰਨ ਦੀ ਕੀ ਲੋੜ ਹੈ? ਤੂੰ ਬਸ ਉਹਨਾਂ ਦੀ ਸਿਰਫ ਲਾਈਟ ਆਨ ਕਰ ਦੇ। ਮਤਲਬ ਇਹ ਕਿ ਖਬਰ ਫੈਲਾ ਦੇ ਆਪਣੇ ਵਟਸਐਪ ਗਰੁੱਪਾਂ ਤੇ, ਕਾਦੇ ਤੁਸੀਂ ਬਰਾੜ, ਤੁਹਾਡਾ ਹਿੱਲਿਆ ਪਿਆ ਜਗਾੜ, ਤੀਵੀਂ ਲੱਭ ਕੇ ਦੂਜੇ ਬੰਦੇ ਪੱਤ ਕਰੇ ਭਰਿਆੜ, ਬੰਦੇ ਨੂੰ ਕੋਈ ਭਾ ਨਹੀਂ ਦਿੰਦੀ ਮਾਰੇ ਕਿਵੇਂ ਦਹਾੜ।